साइलेज चारे दी कमी दा सस्ता ते आसान हल। जदीद डेयरी फार्मिंग दा एक अहम असूल ए वे कि जानवरां दी बेहतर नशो नुमा लई उन्हां नूं पूरा साल बाकायदगी दे नाल खुराक मुहैया कीती जावे। इस लई दुध देण वाले जानवरां दी खुराक विच सबज चारे दी बड़ी अहमियत है। जदीद डेयरी फार्मिंग दे असूलां दे मुताबिक एक जानवर नूं रोजाना कम अज कम 50 से 70 किलोग्राम सबज चारा मिलना चाहिदा है। बदलदे मौसम दी वजह तो पाकिस्तान विच पूरा साल सबज चारे दा मिलना मुश्किल है, जिदे वजह तो जानवरां नूं खुश्क चारा मसलन तूड़ी वगैरह खवानी पैंदी है, जिहड़ी कि जानवरां दी दुध देण दी पैदावारी सलाहियत नूं घटा दिंदी है। इस मसले नूं हल करन लई ते जानवरां दी दुध दी पैदावारी सलाहियत वधाउण लई जदीद डेयरी फार्मिंग विच इक इनकलाबी कदम चुक्या गया है, जिन्हों साइलेज कहंदे ने। साइलेज सबज चारे दी कमी दा सस्ता ते आसान हल है। आम चारे दी निस्बत साइलेज वक्त दे नाल खराब नहीं हुंदा ते गजाइयत विच वी सबज चारे दी तरह ही भरपूर हुंदा है। एक एकड़ मकई दी फसल दा साइलेज 4 जानवरां दी पूरे साल दी खुराक लई काफी हुंदा है। दुनिया दे बाकी तरक्की याफ्ता मुल्कां दी तरह पाकिस्तान विच वी जदीद डेयरी फार्मिंग नूं फरोग देण वास्ते इह जरूरी है कि जदीद डेयरी फार्मर कोल साइलेज दी शक्ल विच सबज चारा महफूज होवे। साइलेज केड़ी केड़ी फसल तो बनाया जा सकदा है? साइलेज वड्डे पत्ते वाली किसी भी फसल तो बनाया जा सकदा है, जिन्हां च मकई ज्वार ते जई शामिल ने। पर मकई तो बनाया जाण वाला साइलेज गजाइयत विच भरपूर ते जानवर लई जूद हजम हुंदा है। पूरी दुनिया च मकई तो बनाया जाण वाला साइलेज बेहतरीन समझा जांदा है। साइलेज तैयार करन दा तरीका। साइलेज तैयार करन दे वास्ते 4 मरहले ने। पहला, चारे नूं ज़खीरा करन लई जगह दी तैयारी। दूजा, चारे दी फसल दी कटाई। तीजा, चारे दी फसल दी कुतराई। ते चौथा, चारे दी फसल नूं बनाई जगह ते हवा बंद तरीके नाल महफूज करना। जगह दी तैयारी। साइलेज नूं ज़खीरा करन दे 2 तरीके ने। ਇਹਨਾਂ ਚੋਂ ਪਹਿਲਾ ਤਰੀਕਾ ਤੇ ਸਾਦਾ ਤੇ ਘੱਟ ਖਰਚਾਲਾ, ਜਿਹਦੇ ਚ ਜ਼ਮੀਨ ਚ ਇੱਕ ਟੋਇਆ ਕੱਢਿਆ ਜਾਂਦਾ ਹੈ। ਦੂਜੇ ਤਰੀਕੇ ਚ ਪੱਕੀਆਂ ਇੱਟਾਂ ਨਾਲ ਜ਼ਮੀਨ ਦੇ ਉੱਤੇ ਇੱਕ ਪਿੱਟ ਜਾਂ ਬੰਕਰ ਬਣਾਇਆ ਜਾਂਦਾ, ਜਿਹਦੀਆਂ ਦੀਵਾਰਾਂ ਤੇ ਪੱਕਾ ਫਰਸ਼ ਹੁੰਦਾ। ਪਿੱਟ ਜਾਂ ਬੰਕਰ ਦਾ ਸਾਈਜ਼ ਚਾਰੇ ਦੀ ਮਿਕਦਾਰ ਦੇ ਹਿਸਾਬ ਨਾਲ ਰੱਖਿਆ ਜਾਂਦਾ ਹੈ। ਆਮ ਤੌਰ ਤੇ 1 ਏਕੜ ਤੋਂ ਹਾਸਿਲ ਹੋਣ ਵਾਲੀ ਮਕਈ ਦੀ ਫਸਲ ਤਕਰੀਬਨ 20 ਟਨ ਹੁੰਦੀ ਹੈ, ਜਿਹਦੇ ਵਾਸਤੇ ਪਿੱਟ ਜਾਂ ਬੰਕਰ ਦੀ ਲੰਬਾਈ 15 ਫੁੱਟ, ਚੌੜਾਈ 10 ਫੁੱਟ ਤੇ ਗਹਿਰਾਈ 4 ਫੁੱਟ ਹੁੰਦੀ ਹੈ। ਚਾਰੇ ਦੀ ਫਸਲ ਦੀ ਕਟਾਈ। ਮਕਈ ਦੀ ਫਸਲ ਦਾ ਸਾਇਲੇਜ ਬਣਾਉਂਦਿਆਂ ਆ ਇਹ ਗੱਲ ਬੜੀ ਜ਼ਰੂਰੀ ਹੈ ਕਿ ਫਸਲ ਨੂੰ ਛੱਲੀਆਂ ਸਮੇਤ ਇਸਤੇਮਾਲ ਕੀਤਾ ਜਾਏ, ਕਿਉਂਕਿ ਇਸ ਤਰ੍ਹਾਂ ਚਾਰੇ ਦੀ ਗਜ਼ਾਇਤ ਕਈ ਗੁਣਾ ਵੱਧ ਜਾਂਦੀ ਹੈ। ਬਿਹਤਰੀਨ ਸਾਇਲੇਜ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਫਸਲ ਦੀ ਕਟਾਈ ਉਸ ਵੇਲੇ ਕੀਤੀ ਜਾਏ ਜਦੋਂ ਛੱਲੀਆਂ ਦੇ ਦਾਣੇ ਅੱਧੇ ਕੱਚੇ ਤੇ ਅੱਧੇ ਦੁੱਧ ਵਾਲੇ ਹੋਣ। ਛੱਲੀਆਂ ਤੋਂ ਬਗੈਰ ਕੜਬ ਦਾ ਸਾਇਲੇਜ ਬਣਾਉਣਾ ਹੋਵੇ ਤੇ ਜ਼ਰੂਰੀ ਹੈ ਕਿ ਛੱਲੀਆਂ ਉਤਾਰਨ ਤੋਂ ਫੌਰਨ ਬਾਅਦ ਸਬਜ਼ ਹਾਲਤ ਵਿੱਚ ਹੀ ਮਕਈ ਦੀ ਫਸਲ ਨੂੰ ਕੱਟ ਲਿਆ ਜਾਏ। ਪਰ ਇਹ ਯਾਦ ਰਵੇ ਕਿ ਛੱਲੀਆਂ ਦੇ ਬਗੈਰ ਕੜਬ ਦੇ ਸਾਇਲੇਜ ਦੀ ਗਜ਼ਾਇਤ ਮੁਕਾਬਲਾ ਤਾਂ ਘੱਟ ਹੁੰਦੀ ਹੈ। ਚਾਰੇ ਦੀ ਕੁਤਰਾਈ। ਸਾਇਲੇਜ ਬਣਾਉਣ ਲਈ ਛੱਲੀਆਂ ਸਮੇਤ ਮਕਈ ਦੀ ਫਸਲ ਦੀ ਕੁਤਰਾਈ ਦਾ ਸਾਈਜ਼ ਜ਼ਿਆਦਾ ਤੋਂ ਜ਼ਿਆਦਾ 1 ਇੰਚ ਹੋਣਾ ਚਾਹੀਦਾ ਹੈ। ਚਾਰੇ ਦੀ ਫਸਲ ਦੀ ਕੁਤਰਾਈ ਟੋਕੇ ਨਾਲ ਵੀ ਕੀਤੀ ਜਾ ਸਕਦੀ ਹੈ, ਪਰ ਜੇ ਚਾਰੇ ਦੀ ਮਿਕਦਾਰ ਜ਼ਿਆਦਾ ਹੋਵੇ ਤੇ ਕੁਤਰਾਈ ਵਾਸਤੇ ਮਸ਼ੀਨ ਦਾ ਇਸਤੇਮਾਲ ਜ਼ਰੂਰੀ ਹੈ। ਮਸ਼ੀਨ ਦੇ ਇਸਤੇਮਾਲ ਦਾ ਇੱਕ ਹੋਰ ਫਾਇਦਾ ਇਹ ਵੀ ਹੈ ਕਿ ਇਹਦੇ ਨਾਲ ਮਤਲੂਬਾ ਸਾਈਜ਼ ਦਾ ਕੁਤਰਾ ਆਸਾਨੀ ਨਾਲ ਹਾਸਿਲ ਕੀਤਾ ਜਾ ਸਕਦਾ ਹੈ। ਚਾਰੇ ਨੂੰ ਬਣਾਈ ਗਈ ਜਗ੍ਹਾ ਤੇ ਮਹਿਫੂਜ਼ ਕਰਨਾ। ਕੁਤਰੇ ਹੋਏ ਸਬਜ਼ ਚਾਰੇ ਨੂੰ ਮਹਿਫੂਜ਼ ਕਰਨ ਲਈ ਸਭ ਤੋਂ ਪਹਿਲਾ ਕੰਮ ਇਹ ਕਿ ਪਿੱਟ ਜਾਂ ਬੰਕਰ ਦੇ ਫਰਸ਼ ਤੇ ਦੀਵਾਰਾਂ ਨੂੰ ਪਲਾਸਟਿਕ ਸ਼ੀਟ ਦੇ ਨਾਲ ਢੱਕ ਦਿੱਤਾ ਜਾਵੇ। ਇਹ ਪਲਾਸਟਿਕ ਸ਼ੀਟ ਇੰਨੀ ਵੱਡੀ ਹੋਣੀ ਚਾਹੀਦੀ ਹੈ ਕਿ ਜਿਹੜੀ ਚਾਰੇ ਨੂੰ ਪਿੱਟ ਜਾਂ ਬੰਕਰ ਵਿੱਚ ਰੱਖਣ ਦੇ ਬਾਅਦ ਪੂਰੀ ਤਰ੍ਹਾਂ ਹਵਾ ਬੰਦ ਕਰ ਸਕੇ। ਪਲਾਸਟਿਕ ਸ਼ੀਟ ਨਾਲ ਪਿੱਟ ਦੇ ਅੰਦਰ ਮਕਈ ਦੀ 1/2 ਫੁੱਟ ਤੈਅ ਪਾ ਦਿੱਤੀ ਜਾਂਦੀ ਹੈ। ਚੰਗਾ ਸਾਇਲੇਜ ਬਣਾਉਣ ਲਈ ਜ਼ਰੂਰੀ ਹੈ ਕਿ ਚਾਰੇ ਦੇ ਵਿੱਚੋਂ ਮੁਕੰਮਲ ਤੌਰ ਤੇ ਹਵਾ ਨੂੰ ਬਾਹਰ ਕੱਢ ਦਿੱਤਾ ਜਾਵੇ। ਇਸ ਮਕਸਦ ਲਈ ਚਾਰੇ ਨੂੰ ਟਰੈਕਟਰ ਦੇ ਨਾਲ ਦਬਾਇਆ ਜਾ ਸਕਦਾ ਹੈ। ਜੇ ਟਰੈਕਟਰ ਮੌਜੂਦ ਨਾ ਹੋਵੇ ਤੇ ਚਾਰੇ ਨੂੰ ਮਜ਼ਦੂਰਾਂ ਕੋਲੋਂ ਵੀ ਦਬਵਾਇਆ ਜਾ ਸਕਦਾ ਹੈ, ਪਰ ਬਿਹਤਰ ਹੈ ਕਿ ਟਰੈਕਟਰ ਇਸਤੇਮਾਲ ਕੀਤਾ ਜਾਵੇ। ਇਸ ਤਰੀਕੇ ਨਾਲ 1/2 ਫੁੱਟ ਦੀ ਤੈਅ ਲਾ ਕੇ ਉਹਨੂੰ ਦਬਾਇਆ ਜਾ ਸਕਦਾ ਹੈ, ਇੱਥੋਂ ਤੀਕਰ ਕਿ ਚਾਰਾ ਜ਼ਮੀਨ ਤੋਂ ਤਕਰੀਬਨ 3 ਫੁੱਟ ਉੱਚਾ ਰਹਿ ਜਾਏ। ਆਖਰੀ ਤੈਅ ਨੂੰ ਦਬਾਉਣ ਦੇ ਬਾਅਦ ਪਲਾਸਟਿਕ ਸ਼ੀਟ ਨਾਲ ਕੱਸ ਕੇ ਢੱਕ ਦਿੱਤਾ ਜਾਂਦਾ ਹੈ। ਇਸ ਮੌਕੇ ਤੇ ਇੱਕ ਗੱਲ ਦਾ ਖਾਸ ਖਿਆਲ ਰੱਖਿਆ ਜਾਵੇ ਕਿ ਅੰਦਰ ਦੀ ਸਾਰੀ ਹਵਾ ਨੂੰ ਇੱਕ ਜਗ੍ਹਾ ਇਕੱਠਾ ਕਰਕੇ ਤੇ ਇੱਕ ਸੁਰਾਖ ਦੇ ਜ਼ਰੀਏ ਬਾਹਰ ਕੱਢਤਾ ਜਾਵੇ। ਪਲਾਸਟਿਕ ਸ਼ੀਟ ਤੇ ਮਿੱਟੀ ਪਾ ਕੇ ਤੂੜੀ ਵਾਲੇ ਗਾਰੇ ਨਾਲ ਲਪਾਈ ਕਰ ਦਿੱਤੀ ਜਾਂਦੀ ਹੈ। ਸਾਇਲੇਜ ਬਣਾਉਣ ਵੇਲੇ ਇਸ ਗੱਲ ਦਾ ਵੀ ਖਾਸ ਖਿਆਲ ਰੱਖਿਆ ਜਾਂਦਾ ਹੈ ਕਿ ਫਸਲ ਦੀ ਕਟਾਈ ਤੋਂ ਲੈ ਕੇ ਤੇ ਸਾਇਲੇਜ ਬੰਦ ਕਰਨ ਤੀਕਰ ਇਹ ਸਾਰਾ ਕੰਮ ਜ਼ਿਆਦਾ ਤੋਂ ਜ਼ਿਆਦਾ 16 ਘੰਟਿਆਂ ਚ ਮੁਕੰਮਲ ਹੋ ਜਾਏ। ਸਾਇਲੇਜ ਦਾ ਇਸਤੇਮਾਲ।
ਸਾਇਲੇਜ 40 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਜਿਹਦੇ ਬਾਅਦ ਇਹ ਜਾਨਵਰਾਂ ਨੂੰ ਖਵਾਇਆ ਜਾ ਸਕਦਾ ਹੈ। ਸਾਇਲੇਜ ਨੂੰ ਇੱਕ ਪਾਸਿਓਂ ਖੋਲਿਆ ਜਾਂਦਾ ਹੈ ਤੇ ਪਲਾਸਟਿਕ ਸ਼ੀਟ ਨੂੰ ਪਿਛਾਂ ਹਟਾ ਕੇ ਸਾਇਲੇਜ ਨੂੰ ਕੇਕ ਦੀ ਤਰ੍ਹਾਂ ਉੱਤੋਂ ਸ਼ੁਰੂ ਕਰਕੇ ਥੱਲੇ ਤੱਕ ਕੱਟਿਆ ਜਾਂਦਾ ਹੈ। ਹਸਲੇ ਜ਼ਰੂਰਤ ਸਾਇਲੇਜ ਕੱਢਣ ਤੋਂ ਬਾਅਦ ਬਾਕੀ ਸਾਇਲੇਜ ਨੂੰ ਅੱਛੀ ਤਰ੍ਹਾਂ ਢੱਕ ਦਿੱਤਾ ਜਾਂਦਾ ਹੈ। ਜਾਨਵਰਾਂ ਨੂੰ ਸ਼ੁਰੂ ਵਿੱਚ ਸਾਇਲੇਜ ਦੀ ਥੋੜੀ ਮਿਕਦਾਰ ਦਿੱਤੀ ਜਾਂਦੀ ਹੈ ਤੇ ਹੌਲੀ ਹੌਲੀ ਇਸ ਮਿਕਦਾਰ ਨੂੰ ਵਧਾ ਕੇ 27 ਕਿਲੋਗ੍ਰਾਮ ਤੱਕ ਲਿਜਾ ਸਕਦੇ ਹਾਂ। ਅਮਰੀਕੀ ਅਦਾਰਾ ਬਰਾਏ ਬੈਨ ਅਲਕਵਾਮੀ ਤਰੱਕੀ USAID ਦੇ ਡੇਅਰੀ ਐਂਡ ਰੂਰਲ ਡਿਵੈਲਪਮੈਂਟ ਫਾਊਂਡੇਸ਼ਨ ਦਾ ਡੇਅਰੀ ਪ੍ਰੋਜੈਕਟ ਇਸ ਮਕਸਦ ਨੂੰ ਅੱਗੇ ਵਧਾਉਣ ਲਈ ਸਾਇਲੇਜ ਬਣਾਉਣ ਤੇ ਇਸਤੇਮਾਲ ਕਰਨ ਦੀ ਟ੍ਰੇਨਿੰਗ ਦੇ ਰਿਹਾ ਹੈ। ਸਾਇਲੇਜ ਸਬਜ਼ ਚਾਰੇ ਦੀ ਕਮੀ ਦਾ ਬਿਹਤਰੀਨ ਹੱਲ ਹੈ ਜਿਹਦੇ ਨਾਲ ਜਾਨਵਰਾਂ ਦੀ ਪੈਦਾਵਾਰੀ ਸਲਾਹੀਤ ਵਿੱਚ ਕਈ ਗੁਣਾ ਇਜ਼ਾਫਾ ਹੋ ਸਕਦਾ ਹੈ ਤੇ ਇਹਨੂੰ ਅਪਣਾਉਣ ਨਾਲ ਸਾਡੇ ਡੇਅਰੀ ਫਾਰਮਰ ਤੇ ਖੁਸ਼ਹਾਲੀ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ।